सत श्री अकाल जी, उम्मीद आ तुसी सारे ठीक ही होवोंगे। तो ये ब्लॉग की भी तुहाडी बड़े टाइम तो उड़ीक सी, है ना। तो अज असी उही बाई जी को आए हैं। तो बाई जी का कार वैडिंग का काम आ, तो वैडिंग लई बाई जी कारां दूर दूर तक भेजते हैं। घट्टो घट्ट अद्धे इंडिया दे विच बाई जी दीआं कारां जांदीआं ने। तो बाकी बाई जी ना करदे आपां गल्लबात, है ना। तो बाई जी कितना रेट लेंदे हैगे ने, है ना, वैडिंग का की गल्लबात हैगी, कि कारां ने बाई जी कोल। हाँ जी, सत श्री अकाल बाई जी। सत श्री अकाल जी। होर जी ठीक ठाक? पूरे वधिया जी। बाई जी तुहाडे कोल कि कारां ने वैडिंग लई, है ना। तो आपां सारा कुछ अपने व्यूअर्स नूं दसना हैगा, तो की फायदा हो सकदा हैगा, कित्थों कित्थों तक तुसीं कारां भेजदे हैगे, है ना। जिवें अजकल ब्याह हुंदे आ जी, जिवें आपां पंजाबी च कह दईए ब्याह हुंदे, हरेक बंदा कहिंदा वी लग्जरी कार चाहीदी आ जी। ठीक है, आपां उही चीज़ दसनी जी अपने व्यूअर्स नूं। ते दसीए आपां सारा कुछ जी फिर। हाँ जी, हाँ जी, हाँ जी। बाई जी तो पुछदे आपां सारा कुछ जी। बाई जी कोल इन्नियां कारां खड़ियां ने लग्जरी कारां, ते की गल्लबात हैगी इहनां दी। हाँ जी बाई जी, की गल्लबात, आपां सारा कुछ दसीए अपने व्यूअर्स नूं जी। आपणा सत श्री अकाल जी सारिआं नूं। आपणा वीर MS वैडिंग कार रामपुरा फूल विखे कम है। ठीक है जी। ते आपां कार रेंट ते दिंदे आ जी। ठीक है जी। वैडिंग दे लई जी। ते आपणा बठिंडा जी, मानसा, मोगा, ते फरीदकोट, फिरोजपुर, ते बरनाला साइड जी संगरूर, ते पटियाला साइड, सारे ਮਾਲਵਾ ਬੈਲਟ ਸਾਰੀ ਆਪਣੇ ਕੋਲ ਆ ਜੀ। ਆਪਣੀਆਂ ਚੱਲਦੀਆਂ ਜੀ। ਠੀਕ ਹੈ ਜੀ। ਮਤਲਬ ਬਾਈ ਜੀ, ਮੰਨ ਲਓ ਪੰਜਾਬ ਤੋਂ ਬਾਹਰ ਹਰਿਆਣਾ, ਹਿਮਾਚਲ, ਯੂਪੀ, ਜਿੱਥੇ ਮਰਜ਼ੀ ਹੋਵੇ ਜੀ, ਆਪਾਂ ਨੂੰ ਲਗਜ਼ਰੀ ਕਾਰ ਦੀ ਲੋੜ, ਸਾਰੇ ਕਿਤੇ ਆਪਣੀਆਂ ਕਾਰਾਂ ਅਵੇਲੇਬਲ ਆ ਜੀ। ਠੀਕ ਹੈ ਜੀ। ਸਾਰੇ ਕਿਤੇ ਜਾਂਦੀਆਂ ਜੀ। ਠੀਕ ਹੈ ਜੀ। ਆਹ ਹੁਣ ਜਿਵੇਂ ਬਾਈ ਜੀ ਕੋਲੇ ਜੈਗੂਰ ਖੜੀ ਆ, ਹੈ ਨਾ। ਅਤੇ ਬਾਈ ਜੀ ਇਹਦੀ ਕੀ ਗੱਲਬਾਤ ਆ, ਜੈਗੂਰ ਦਾ ਕਿੰਨਾ ਰੈਂਟ ਹੈਗਾ ਜੀ, ਸਾਰਾ ਕੁਛ ਆਪਣੇ ਦੱਸਣਾ ਜੀ ਆਪਾਂ। ਇਹ ਆ ਜੀ ਜੈਗੂਰ XF ਸਪੋਰਟਸ। ਹਾਂਜੀ ਠੀਕ ਹੈ ਜੀ। ਇਹਦਾ ਜੀ ਆਪਾਂ ਲੋਕਲ 100-200 ਕਿਲੋਮੀਟਰ ਲਾ ਲਓ ਅਪ ਡਾਊਨ ਦਾ। ਹਾਂਜੀ। 16,000 ਰੁਪਇਆ ਪ੍ਰਾਈਸ ਲੈਂਦੇ ਹਾਂ ਜੀ। ਠੀਕ ਹੈ ਜੀ। ਮਤਲਬ 200 ਕਿਲੋਮੀਟਰ ਤੱਕ 16,000 ਰੁਪਇਆ ਜੀ ਅਪ ਡਾਊਨ ਦਾ ਜੀ। ਤਾਂ ਬਾਈ ਜੀ ਕੋਲ ਕਾਰਾਂ ਬਹੁਤ ਵਧੀਆ ਹਾਲਤ ਦੀਆਂ ਹੈਗੀਆਂ ਨੇ, ਹੈ ਨਾ। ਅਤੇ ਜਦੋਂ ਬਾਈ ਜੀ, ਹੈ ਨਾ, ਲਗਜ਼ਰੀ ਕਾਰ ਅੱਜ ਕੱਲ੍ਹ ਹਰੇਕ ਚਾਹੁੰਦਾ ਜੀ। ਅਤੇ ਜਿਵੇਂ ਜੈਗੂਰ ਦੇ ਨਾਲ ਇੱਕ ਹੋਰ ਕਾਰ ਖੜੀ ਹੈਗੀ ਹੈ ਜੀ, ਆਪਾਂ ਉਹਦੀ ਗੱਲ ਕਰਦੇ ਜੀ। A4 ਜੀ ਜੀ। ਇਹਦਾ ਵੀਰੇ ਆਪਾਂ ਐਵੇਂ ਲਾ ਲਓ 9,000 ਰੁਪਇਆ ਜੀ ਇਹਦਾ। ਠੀਕ ਹੈ ਜੀ। 200 ਕਿਲੋਮੀਟਰ ਤੱਕ ਜੀ ਜੀ ਵੀਰੇ 9,000 ਰੈਂਟ ਆ ਜੀ। ਲਓ ਜੀ, 200 ਕਿਲੋਮੀਟਰ ਦਾ ਆਡੀ A4 9,000 ਰੁਪਇਆ ਰੈਂਟ। ਨਿਊ ਕੰਡੀਸ਼ਨ ਕਾਰਾਂ ਜੀ ਸਾਰੀਆਂ ਆਪਣੇ ਕੋਲ ਜੀ, ਜੈਨੂਅਨ ਕੰਮ ਕਰਦੇ ਆ ਜੀ ਆਪਾਂ। ਠੀਕ ਹੈ ਜੀ। ਜੋ ਕਹਿਤਾ ਤੇ ਉਹੀ ਹੋਊਗਾ ਜੀ, ਉਹੀ ਕਾਰ ਆਊਗੀ। ਠੀਕ ਹੈ ਜੀ। ਹੈਗਾ, ਹੈ ਨਾ, ਵੀ ਤੁਹਾਨੂੰ ਕਹਿ ਕੇ ਆਪਾਂ ਜੈਗੂਆਰ ਉੱਥੇ ਆਡੀ ਭੇਜ ਦਈਏ ਜਾਂ ਕੁਛ ਹੋਰ ਆ ਜੀ। ਹਾਂ ਜੀ। ਜੋ ਤੁਹਾਨੂੰ ਕਿਹੜੀ ਗੱਡੀ ਦੀ ਕਾਰ ਦੀ ਗੱਲ ਹੋਊਗੀ ਜੀ, ਉਹੀ ਕਾਰ ਪਹੁੰਚੂਗੀ ਜੀ। ਠੀਕ ਹੈ ਜੀ। ਆ ਹੋ ਗਈ XF ਜੀ ਜੀ। ਇਹ ਹੈ 2013 ਮਾਡਲ। ਠੀਕ ਹੈ ਜੀ। ਇਹਦਾ ਕੀ? ਸੇਮ 16,000 ਜੀ। ਠੀਕ ਹੈ ਜੀ। 200 ਕਿਲੋਮੀਟਰ ਆਪਾਂ ਆਉਂਦਾ ਜੀ ਜੀ। ਨਿਊ ਕੰਡੀਸ਼ਨ ਕਾਰ ਆਈ, ਤੁਸੀਂ ਦੇਖੋ ਜਮਾ ਜੀ। ਲਓ ਜੀ, ਬਾਈ ਜੀ ਦੀ ਗੱਲ ਜਮਾ ਸੱਚੀ ਕਹਿੰਦੇ, ਨਿਊ ਕੰਡੀਸ਼ਨ ਕਾਰ ਹੈਗੀ ਆ। ਤੇ ਇਹਦਾ ਵੀ ਬਾਈ ਜੀ 16,000 ਆ ਗਿਆ ਜੀ, ਹੈ ਨਾ। ਤੇ ਅੱਗੇ ਆਪਾਂ ਦੇਖਦੇ ਹਾਂ ਬਾਈ ਜੀ, ਅੱਗੇ ਰੇਂਜ ਖੜੀ ਆ ਜੀ। ਹਾਂਜੀ, ਇਹ ਹੈਗਾ ਰੇਂਜ ਰੋਵਰ ਜੀ ਜੀ, 2013 ਮਾਡਲ ਜੀ ਜੀ। ਇਹਦਾ ਆਪਾਂ ਜੀ ਐਵੇਂ ਲਾ ਲਓ 200 ਕਿਲੋਮੀਟਰ ਆਪਣਾ ਆਉਂਦਾ ਜੀ। ਹਾਂਜੀ। 20,000 ਰੁਪਇਆ ਚਾਰਜ ਲੈਂਦੇ ਹਾਂ ਜੀ। ਠੀਕ ਹੈ ਜੀ। ਅਤੇ ਬਾਈ ਜੀ, ਜਿਵੇਂ 100 ਕਿਲੋਮੀਟਰ ਹੈ, ਕਿਹਦੀ 100 ਕਿਲੋਮੀਟਰ ਦਾ ਕਿੰਨਾ ਲਓਗੇ ਜੀ? 100 ਕਿਲੋਮੀਟਰ ਵੀਰੇ ਉਹ ਆਪਾਂ ਕਰ ਲੈਂਦੇ ਹੁੰਦੇ ਜੀ ਸੈਟਿੰਗ। ਠੀਕ ਹੈ ਜੀ। ਕੋਈ ਚੱਕਰ ਨਹੀਂ ਉਹਦਾ ਜੀ। ਲਓ ਜੀ, ਬਾਈ ਜੀ ਕਹਿੰਦੇ ਕਰ ਲਵਾਂਗੇ, ਚੱਕਰੀ ਨਹੀਂ ਵਾਲੀ ਗੱਲ ਹੀ ਨਹੀਂ ਹੈਗੀ। ਅਤੇ ਸਾਰੀਆਂ ਬਾਈ ਜੀ ਕਹਿੰਦੇ ਨਿਊ ਕੰਡੀਸ਼ਨ ਕਾਰ ਹੈਗੀਆਂ ਨੇ, ਹੈ ਨਾ। ਅਤੇ ਕੋਈ ਪ੍ਰੋਬਲਮ ਨਹੀਂ ਆਉਣ ਦਿੰਦੇ ਹੈਗੇ, ਹੈ ਨਾ ਜੀ। ਅਤੇ ਇਹਦਾ ਬਾਈ ਜੀ ਕੋਈ ਟਾਈਮ ਦਾ ਵੀ ਕੋਈ ਹੋਊਗਾ ਸਿਸਟਮ ਇਹਦਾ ਜੀ, ਵੀ ਇੰਨੇ ਤੋਂ ਇੰਨੇ ਟਾਈਮ ਤੱਕ ਜਾਂ ਸਵੇਰ ਤੋਂ ਸ਼ਾਮ ਤੱਕ ਹੀ ਹੁੰਦਾ ਜੀ? ਸਵੇਰ ਤੋਂ ਸ਼ਾਮ ਤੱਕ ਜੀ, ਇੱਕ ਵੈਡਿੰਗ ਦਾ। ਠੀਕ ਹੈ ਜੀ। ਨਾਈਟ ਲਈ ਉਹ ਅਲੱਗ ਚਾਰਜ ਹੁੰਦੇ ਆ ਜੀ ਇਹਨਾਂ ਦੇ ਜੀ, ਜੇ ਆਪਾਂ ਨਾਈਟ ਵੈਡਿੰਗ ਲਈ ਚਾਹੀਦੇ ਆ, ਉੱਥੇ ਪ੍ਰਾਈਸ ਥੋੜ੍ਹਾ ਜਿਹਾ ਜ਼ਿਆਦਾ ਹੋ ਜਾਂਦਾ, ਕਿਉਂਕਿ 2 ਦਿਨਾਂ ਦੇ ਘਰ ਦੀ ਦਿਹਾੜੀ ਮਰ ਜਾਂਦੀ ਹੈ ਜੀ। ਹਾਂ ਜੀ ਠੀਕ ਹੈ ਜੀ। ਅਤੇ ਬਾਈ ਜੀ, ਫਿਰ ਤੁਸੀਂ ਇੰਡੀਆ ਦੀ ਕਿਹੜੀ ਸਟੇਟ 'ਚ ਤੁਸੀਂ ਜ਼ਿਆਦਾ ਜਾਂਦੇ ਹੈਗੇ ਹੋ ਜੀ? ਵੀਰੇ ਆਪਣਾ ਇੱਥੇ ਚੱਲਦਾ ਜੀ, ਮੰਨ ਕੇ ਚਲੋ ਸਾਰਾ ਪੰਜਾਬ ਜੀ। ਹਾਂਜੀ। ਅਤੇ ਰਾਜਸਥਾਨ ਲਾਉਣੇ ਆਪਾਂ ਜੀ ਵਧੀਆ। ਹਾਂਜੀ। ਅਤੇ ਹਰਿਆਣਾ ਚੱਲਦਾ ਜੀ, ਜਿਵੇਂ ਡਾਬਾ ਵਾਲੀ ਜੀ, ਇੱਧਰ ਫਤਿਹਾਬਾਦ ਜੀ, ਹਿਸਾਰ, ਉੱਧਰ ਆਪਣਾ ਕੰਮ ਵਧੀਆ ਚੱਲਦਾ ਜੀ ਪੂਰਾ ਜੀ। ਬਾਕੀ ਚੰਡੀਗੜ੍ਹ ਜਾਂਦੀਆਂ ਰਹਿੰਦੀਆਂ ਕਾਰਾਂ ਜੀ ਜੀ, ਜਿਹੜਾ ਚੱਲਦਾ ਹੀ ਰਹਿੰਦਾ ਜੀ ਸਾਰਾ। ਠੀਕ ਹੈ ਜੀ। ਅਤੇ ਇੱਕ ਜਿਵੇਂ ਆਪਣਾ ਸਰਹੰਦ ਸਾਈਡ ਆ ਜੀ ਔਫਿਸ। ਹਾਂਜੀ। ਕਾਰਾਂ ਉੱਧਰ ਲਾ ਦਿੰਦੇ ਹੁੰਦੇ ਹੋ ਜੀ ਜੀ। ਅਤੇ ਮਾਲਵਾ ਬੈਲਟ ਸਾਰੀ ਆਪਣੇ ਕੋਲ ਆ ਜੀ ਹੁਣ ਜੀ। ਹਾਂਜੀ ਹਾਂਜੀ। ਅਤੇ 3 ਔਫਿਸ ਹੈਗੇ, ਹੈ ਨਾ ਬਾਈ ਜੀ? 3 ਆ ਜੀ, ਇੱਕ ਬਰਨਾਲੇ ਆ ਜੀ ਆਪਣਾ ਔਫਿਸ। ਠੀਕ ਹੈ ਜੀ। ਹਾਂਜੀ, ਇੱਕ ਸਰਹੰਦ ਅਤੇ ਇੱਕ ਬਠਿੰਡੇ ਰਾਮਪੁਰਾ ਪੁਲ ਜੀ, ਇੱਥੇ ਜੀ।
ਤੇ ਹੁਣ ਬਾਈ ਜੀ ਜਿਵੇਂ ਆਪਾਂ ਅੱਜ ਰਾਮਪੁਰਾ ਫੂਲ ਵਾਲੇ ਆਫਿਸ ਦੇ ਵਿੱਚ ਖੜੇ ਆ ਹਨਾ ਹਾਂਜੀ ਹਾਂਜੀ ਵੀਰੇ ਤੇ ਬਠਿੰਡਾ ਚੰਡੀਗੜ੍ਹ ਹਾਈਵੇ ਤੇ ਤੁਸੀਂ ਦੱਸਿਆ ਹੈਗਾ ਜੀ ਤੁਹਾਡਾ ਆਫਿਸ ਹਾਂਜੀ ਹਾਂਜੀ ਤੇ ਅੱਜ ਬਾਈ ਜੀ ਕਹਿੰਦੇ ਲੈ ਅੱਜ ਆਪਾਂ ਬਲੌਗ ਬਣਾਉਣੇ ਆ ਹਨਾ ਜੀ ਕਾਰਾਂ ਵੀ ਮਸਾਂ ਹੀ ਖੜੀਆਂ ਨੇ ਕਾਰਾਂ ਖੜਦੀਆਂ ਨਹੀਂ ਹੈਗੀਆਂ ਹਨਾ ਬਾਈ ਹਾਂਜੀ ਚੱਲਦੀਆਂ ਹੀ ਰਹਿੰਦੀਆਂ ਜੀ ਡੇਲੀ ਵਾਂਗੂ ਬਸ ਸੀਜ਼ਨ ਸਟਾਰਟ ਆ ਜੀ ਅੱਗੇ ਠੀਕ ਹੈ ਜੀ ਹਾਂਜੀ ਸਰਦੀਆਂ ਦੀ ਰੁੱਤ ਜਾਣਾ ਜੀ ਸਾਰੇ ਪਾਸੇ ਸਾਨੂੰ ਕਾਰਾਂ ਲਾਉਣੀਆਂ ਪੈਂਦੀਆਂ ਜੀ ਮੈਂ ਅੱਜ ਚਾਰ ਇੱਥੇ ਖੜੀਆਂ ਜੀ ਦੋ ਤਿੰਨ ਕਾਰਾਂ ਬਰਨਾਲੇ ਖੜੀਆਂ ਜੀ ਹਾਂਜੀ ਤੇ ਦੋ ਤਿੰਨ ਕਾਰਾਂ ਸਰਹੰਦ ਖੜਾਉਣੇ ਹਨ ਜੀ ਜੀ ਸਾਰੇ ਪਾਸੇ ਕੰਮ ਚੱਲਦਾ ਜੀ ਤੇ ਬਾਈ ਜੀ ਫਿਰ ਤੁਸੀਂ ਇਹਨਾਂ ਤੋਂ ਬਗੈਰ ਹੋਰ ਕਿਹੜੀਆਂ ਕਿਹੜੀਆਂ ਲਗਜ਼ਰੀ ਕਾਰਾਂ ਦੀ ਸਪਲਾਈ ਕਰ ਸਕਦੇ ਹੋ ਜੀ ਵੀਰ ਆਡੀ ਤੋਂ ਲੈ ਕੇ ਜੀ ਹਮਰ ਤੇ ਹਮਰ H2 ਮਰਸੀਡੀਜ਼ ਤੇ ਜੀ ਵੈਗਨ ਸਾਰੀਆਂ ਕਾਰਾਂ ਲਿਮੋ ਸਾਰੀਆਂ ਕਾਰਾਂ ਆਪਾਂ ਦੇ ਸਕਦੇ ਹਾਂ ਜੀ ਠੀਕ ਹੈ ਜੀ ਤੇ ਬਾਈ ਜਿਵੇਂ ਤੁਸੀਂ ਲਿਮੋਜਨ ਕਿਹਾ ਜੀ ਹਨਾ ਉਹ ਕਾਰ ਬਹੁਤ ਟ੍ਰੈਂਡਿੰਗ 'ਚ ਰਹਿੰਦੀ ਹੈ ਜੀ ਅੱਜ ਕੱਲ੍ਹ ਤੇ ਬਾਈ ਲਿਮੋਜਨ ਦਾ ਕੀ ਆਪਾਂ ਰੈਂਟ ਕਹਿ ਸਕਦੇ ਹਾਂ ਜੀ ਉਹਦਾ ਵੀਰੇ ਲੱਗੂਗਾ ਜੀ 50,000 ਕੈਨੇਡੀਅਨ ਦਾ ਠੀਕ ਹੈ ਜੀ 200 ਕਿਲੋਮੀਟਰ ਦਾ 50,000 ਜੀ ਹਾਂਜੀ ਹਾਂਜੀ ਤੇ ਜਿਵੇਂ ਆਪਾਂ ਨੂੰ ਜੀ ਵੈਗਨ ਚਾਹੀਦੀ ਹੈ ਜੀ ਹਾਂਜੀ 45,000 ਜੀ ਵੈਗਨ ਦਾ ਜੀ ਉਹ ਵੀ 200 ਕਿਲੋਮੀਟਰ ਹਾਂਜੀ ਹਾਂ ਤੇ ਲਿਮੋ ਆ ਜੀ ਆਪਣੀ ਇੰਡੀਅਨ ਜੀ ਇੰਡੀਅਨ ਆ ਉਹਦਾ ਚੱਲਦਾ ਜੀ ਮੰਨ ਕੇ ਚਲੋ ਅਮੈਰੀਕਨ ਦਾ ਜੀ 35,000 ਰੁਪਈਆ ਜੀ ਠੀਕ ਹੈ ਜੀ ਹਾਂਜੀ ਤੇ ਲੋ ਬਾਈ ਜੀ ਨੇ ਗੱਲਾਂ ਜਮ੍ਹਾਂ ਕਲੀਅਰ ਕਰਤੀਆਂ ਹੈਗੀਆਂ ਰੇਟ ਵੀ ਬਾਈ ਜੀ ਨੇ ਲਗਜ਼ਰੀ ਕਾਰਾਂ ਦੇ ਦੱਸਤੇ ਹੈਗੇ ਆ ਅਤੇ ਬਾਕੀ ਹੋਰ ਵੀ ਕੁਛ ਵੀ ਪੁੱਛਣਾ ਹੋਵੇ ਹੈ ਨਾ ਬਾਈ ਆਪਣੇ ਵਿਊਅਰਸ ਨੇ ਜੀ ਲਗਜ਼ਰੀ ਕਾਰਾਂ ਦੇ ਰੇਟ ਪੁੱਛਣੇ ਹੋਣ ਜੀ ਅਤੇ ਤੁਹਾਡੇ ਤੋਂ ਕਾਲ ਕਰਕੇ ਤੁਸੀਂ ਸਾਰੀ ਡਿਟੇਲ ਦੇ ਦੋਗੇ ਜੀ ਹੈ ਨਾ ਜੀ ਹਾਂਜੀ ਵੀਰੇ ਜਦੋਂ ਮਰਜ਼ੀ ਫੋਨ ਚੱਕੋ ਤੇ ਸਾਨੂੰ ਮਿਲਾਓ ਜੀ ਠੀਕ ਹੈ ਜੀ ਕਿੰਨਾ ਨੰਬਰ ਆ ਬਾਈ ਜੀ ਤੁਹਾਡਾ ਮੇਰਾ ਨੰਬਰ ਆ ਜੀ 95922-0-64 ਠੀਕ ਹੈ ਜੀ ਨੰਬਰ ਹੋਰ ਆ ਜੀ 98-148-26-641 ਦੋਨਾਂ ਦੇ ਕਿਸੇ ਨੰਬਰ 'ਤੇ ਆਪਣੇ ਵਿਊਰਸ ਲਾ ਸਕਦੇ ਹੈਗੇ ਜੀ ਜਿਹੜੇ ਮਰਜ਼ੀ ਨੰਬਰ 'ਤੇ ਕਾਲ ਕਰ ਸਕਦੇ ਠੀਕ ਹੈ ਜੀ ਅਤੇ ਬਾਈ ਜੀ ਜਦੋਂ ਆਪਣੇ ਵਿਊਰਸ ਤੁਹਾਨੂੰ ਕਾਲ ਕਰਨਗੇ ਜਾਂ ਵਟਸਐਪ 'ਤੇ ਮੈਸੇਜ ਕਰਨਗੇ ਜੀ ਹੈ ਨਾ ਅਤੇ ਤੁਸੀਂ ਉਹਨਾਂ ਨੂੰ ਫੋਟੋ 'ਤੇ ਸਾਰਾ ਕੁਛ ਭੇਜ ਦੋਗੇ ਫਿਰ ਤੁਹਾਡੀ ਕਾਰ ਬੁੱਕ ਕਰ ਲੈਣਗੇ ਹੈ ਨਾ ਜੀ ਹਾਂਜੀ ਹਾਂ ਠੀਕ ਹੈ ਜੀ ਅਤੇ ਲਓ ਬਾਈ ਜੀ ਦਾ ਉਹ ਇੱਧਰ ਸਾਹਮਣੇ ਆਫਿਸ ਹੈਗਾ ਹੈ ਨਾ MS ਲਗਜ਼ਰੀ ਵੈਡਿੰਗ ਕਾਰਸ ਠੀਕ ਹੈ ਜੀ ਅਤੇ ਬਾਈ ਜੀ ਨੂੰ ਜਦੋਂ ਮਰਜ਼ੀ ਆਪਾਂ ਕਾਲ ਕਰ ਸਕਦੇ ਹੈਗੇ ਹਾਂ ਕੋਈ ਵੀ ਗੱਲ ਪੁੱਛਣੀ ਹੋਵੇ ਬੇਫਿਕਰ ਹੋ ਕੇ ਕਾਲ ਕਰ ਸਕਦੇ ਹੈਗੇ ਹਾਂ ਅਤੇ ਠੀਕ ਹੈ ਜੀ ਫਿਰ ਆਪਾਂ ਨੂੰ ਮਿਲਦੇ ਹਾਂ ਇਦੋਂ ਬਾਅਦ ਹੋਰ ਘੈਂਟ ਬਲੌਗ ਦੇ ਨਾਲ ਜੀ ਠੀਕ ਹੈ ਜੀ ਓਕੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ